ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਕਰੀ ਫਿਰ ਹਾਜ਼ਰ ਆਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਾਂਝ ਕਰਾਂਗਾ ਕਿ ਰੱਬ ਦਾ ਸਭ ਤੋਂ ਵੱਡਾ ਧਰਮ ਕਿਹੜਾ ਹੈ ਆਪਾਂ ਜਾਣਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜੇ ਧਰਮ ਚੱਲਦੇ ਨੇ Hindu ਧਰਮ Sikh ਧਰਮ Isai ਧਰਮ Muslim ਧਰਮ ਹਰ ਇੱਕ ਇਨਸਾਨ ਇਹ ਕਹਿੰਦਾ ਹੈ ਕਿ ਮੇਰਾ ਜਿਹੜਾ ਧਰਮ ਹੈ ਉਹ ਚੰਗਾ ਹੈ ਮੇਰਾ ਧਰਮ ਜਿਹੜਾ ਹੈ ਉਹ ਵੱਡਾ ਹੈ ਜੇ ਮੇਰੇ ਧਰਮ ਦੇ ਵਿੱਚ ਹੱਕ ਸੱਚ ਦੀ ਗੱਲ ਚੱਲ ਰਹੀ ਹੈ ਪਰ ਇਹਨਾਂ ਤੋਂ ਉੱਪਰ ਇੱਕ ਹੋਰ ਚੀਜ਼ ਹੈ ਉਹ ਕਿਹੜੀ ਹੈ ਉਸ ਦੇ ਬਾਰੇ ਅੱਜ ਦੀ ਇਸ ਪੈਗਾਮ ਦੇ ਵਿੱਚ ਆਪਾਂ ਗੱਲ ਸਾਂਝੀ ਕਰਾਂਗੇ ਸੋ ਆਓ ਅੱਜ ਦੇ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਨਿਗੇਬਾਨ ਹੈ ਦੁਨੀਆ ਦੇ ਵਿੱਚ ਰੱਬ ਨੂੰ ਮਿਲਣ ਦੇ ਵੱਖ-ਵੱਖ ਰਸਤੇ ਨੇ ਜਿਹੜੇ ਅਸੀਂ ਵੱਖ-ਵੱਖ ਤੌਰ ਤਰੀਕੇ ਅਪਣਾਉਂਦੇ ਹਾਂ ਤੋਂ ਮਾਲਕ ਤੱਕ ਪਹੁੰਚਣ ਦੇ ਲਈ ਜਿੱਦਾਂ ਜਿੱਦਾਂ ਦੁਨੀਆ ਅੱਗੇ ਵਧਦੀ ਗਈ ਉਸੇ ਤਰ੍ਹਾਂ ਜਿਹੜੇ ਇਨਸਾਨ ਨੇ ਆਪਣੇ ਆਪਣੇ ਤੌਰ ਤਰੀਕੇ ਅਪਣਾਏ ਤੋਂ ਉਹਨਾਂ ਨੂੰ ਆਪਣਾ ਆਪਣਾ ਇੱਕ ਮਿੱਥ ਮਿੱਥ ਲਈ ਕਿ ਅਸੀਂ ਇਸ ਢੰਗ ਦੇ ਨਾਲ ਰੱਬ ਨੂੰ ਮਨਾਇਆ ਤੇ ਸਾਡਾ ਧਰਮ ਆ ਹੋ ਗਿਆ ਅਸੀਂ ਇਸ ਢੰਗ ਨਾਲ ਰੱਬ ਨੂੰ ਪਾਇਆ ਤੇ ਸਾਡਾ ਧਰਮ ਜਿਹੜਾ ਆ ਹੋ ਗਿਆ ਇਹ ਸਾਰੇ ਤੌਰ ਤਰੀਕਿਆਂ ਦੇ ਨਾਲ ਅੱਗੇ ਅੱਗੇ ਦੁਨੀਆ ਵਧਦੀ ਗਈ ਪਰ ਜੋ ਅੱਜ ਦਾ ਸਮਾਂ ਹੈ ਇਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਥਾਂ ਦੇ ਉੱਪਰ ਧਰਮ ਦੇ ਨਾਂ ਤੇ ਕਈ ਵਾਰੀ ਰੌਲਾ ਪੈ ਜਾਂਦਾ ਦੰਗੇ ਵੀ ਹੋ ਜਾਂਦੇ ਨੇ ਮਾਰ ਕੁੱਟ ਲੜਾਈਆਂ ਹੋ ਜਾਂਦੀਆਂ ਨੇ ਪਰ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਧਰਮ ਹੈ ਰੱਬ ਦਾ ਉਹ ਹੈ ਇਨਸਾਨੀਅਤ ਇਨਸਾਨ ਜਿਹੜਾ ਹੈ ਰੱਬ ਨੇ ਬਣਾਇਆ ਤੇ ਇਨਸਾਨ ਦੇ ਅੰਦਰ ਰੱਬ ਵੱਸਦਾ ਆਪਾਂ ਸਾਰੇ ਕਹਿੰਦੇ ਹਾਂ ਕਿ ਜਿਹੜਾ ਰੱਬ ਹੈ ਉਹ ਦਿਲ ਦੇ ਵਿੱਚ ਵੱਸਦਾ ਤੇ ਜਦੋਂ ਉਸ ਇਨਸਾਨ ਨੂੰ ਬਣਾਉਣ ਲੱਗੇ ਕੋਈ ਫਰਕ ਨਹੀਂ ਪੈਦਾ ਕੀਤਾ ਤੇ ਅਸੀਂ ਫਿਰ ਆਪਣੇ ਦਿਲਾਂ ਦੇ ਵਿੱਚ ਫਰਕ ਕਿਉਂ ਰੱਖੀਏ ਕਿਉਂਕਿ ਜੇ ਇਸ ਇਨਸਾਨ ਦੇ ਅੰਦਰ ਕਿਸੇ ਵੀ ਧਰਮ ਨੂੰ ਲੈ ਕੇ ਫਰਕ ਹੈ ਉਹ ਇਨਸਾਨ ਨਹੀਂ ਹੈ ਕਿਉਂਕਿ ਇਨਸਾਨੀਅਤ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ ਕਿ ਸਾਡੇ ਸਾਹਮਣੇ ਕੋਈ ਬੰਦਾ ਮਰ ਰਿਹਾ ਹੈ ਜਾਂ ਕੋਈ ਮੁਸੀਬਤ ਵਿੱਚ ਹੈ ਤੇ ਅਸੀਂ ਉਹਦੀ ਮਦਦ ਕਰਨੀ ਹੈ ਨਾ ਕਿ ਇਹ ਸੋਚਣਾ ਹੈ ਕਿ ਸਾਡੇ ਮਜਬ ਦਾ ਸਾਡੇ ਧਰਮ ਦਾ ਹੈ ਜਾਂ ਨਹੀਂ ਹੈ ਜੇ ਸਾਡਾ ਹੈ ਤੇ ਇਸ ਮਦਦ ਕਰਾਂਗੇ ਨਹੀਂ ਤਾਂ ਨਹੀਂ ਅਗਰ ਅਸੀਂ ਬਿਨਾ ਕਿਸੇ ਮਜਬ ਤੋਂ ਧਰਮ ਤੋਂ ਕਿਸੇ ਦੀ ਮਦਦ ਕਰਦੇ ਹਾਂ ਤੇ ਉਹਦੇ ਵਿੱਚ ਫਿਰ ਉਹ ਸਾਨੂੰ ਰੱਬ ਵੱਲ ਬਹੁਤ ਫੈਜ਼ ਮਿਲਦਾ ਕਿ ਇਹਦੇ ਅੰਦਰ ਇਹ ਚੀਜ਼ਾਂ ਜਿਹੜੀਆਂ ਬੈਰ ਵਿਰੋਧ ਭਾਵਨਾ ਦੀ ਜੇ ਕੋਈ ਵੀ ਗੱਲ ਜਿਹੜੀ ਹੈ ਨਹੀਂ ਹੈ ਕਿਉਂਕਿ ਦੇਖੋ ਜਦੋਂ ਅਸੀਂ ਇੱਕ ਰੱਬ ਨੇ ਬਹੁਤ ਸਾਰੀ ਸਾਨੂੰ ਉਦਾਹਰਨਾਂ ਦਿੱਤੀਆਂ ਨੇ ਦੇਖੋ ਇੱਕ ਰੱਬ ਨੇ ਸਾਨੂੰ ਕੀ ਦਿੱਤਾ ਇਹ ਲੰਗਰ ਜਿੱਦੋਂ ਕਿਤੇ ਵੀ ਥਾਂ ਦੇ ਉੱਤੇ ਆਪਾਂ ਕਿਸੇ ਵੀ ਦਰਗਾਹ ਦੇ ਉੱਪਰ ਜਾਂ ਕਿਸੇ ਗੁਰਦੁਆਰਾ ਸਾਹਿਬ ਜਾਂ ਕਿਸੇ ਮੰਦਿਰ ਜਾਂ ਕਿਤੇ ਵੀ ਚਰਚ ਦੇ ਵਿੱਚ ਕੋਈ ਲੰਗਰ ਚੱਲਦਾ ਉਸ ਲੰਗਰ ਨੂੰ ਆਪਾਂ ਬਿਨਾਂ ਕਿਸੇ ਮਜ਼ਬ ਤੋਂ ਬਿਨਾਂ ਕਿਸੇ ਧਰਮ ਤੋਂ ਆਮ ਜਾ ਕੇ ਸਾਰੇ ਛਕ ਲੈਂਦੇ ਨੇ ਤੇ ਉਹ ਮਾਲਕ ਨੇ ਰੱਖਿਆ ਕਿ ਇੱਕੋ ਹੀ ਥਾਂ ਬੈ ਕੇ ਬਿਨਾਂ ਕਿਸੇ ਭੇਦ ਭਾਵ ਦੇ ਉੱਪਰ ਤੇ ਇਸ ਲੰਗਰ ਨੂੰ ਛਕਣਾ ਜਦ ਉਸ ਨੇ ਕੋਈ ਫਰਕ ਨਹੀਂ ਬਣਾਇਆ ਕਹਿੰਦੇ ਨੇ ਕਿ ਰੱਬ ਨੇ ਬਣਾਏ ਬੰਦੇ ਜੱਗ ਵਿੱਚ ਇੱਕੋ ਜਿਹਾ ਹੱਥ ਮੂੰਹ ਤੇ ਕੰਨ ਨੱਕ ਇੱਕੋ ਪ੍ਰਕਾਰ ਦਾ ਸੂਰਜ ਨਾ ਕਹਿੰਦਾ ਧੁੱਪੇ ਬੈਠੇ ਨਾ ਗਰੀਬ ਕੋਈ ਚੰਨ ਨਹੀਂ ਉਹ ਕੱਲਿਆਂ ਬ੍ਰਾਹਮਣਾਂ ਨੂੰ ਠਾਰਦਾ ਹਵਾ ਪਾਣੀ ਅੱਗ ਸੁਖ ਦੇਣ ਸਾਰੇ ਕੁਝ ਆ ਧਰਤੀ ਨਾ ਕਹਿੰਦੀ ਪਾਰ ਲੱਗੇ ਚਮਿਆਰ ਦਾ ਫੇਰ ਕੀ ਹਲੇਰਾ ਐਡਾ ਪੈ ਗਿਆ ਜਹਾਨ ਵਿੱਚ ਬੰਦੇ ਤਾਂ ਹੀ ਬੰਦਾ ਕੁੱਤੇ ਵਾਂਗ ਦਰਕਾਰ ਦਾ ਜਦੋਂ ਉਸ ਮਾਲਕ ਨੇ ਸੁਪਰੀਮ ਪਾਵਨ ਨੇ ਉਸ ਖੁਦਾ ਨੇ ਇਨਸਾਨ ਨੂੰ ਬਣਾਉਣ ਦੇ ਵਿੱਚ ਕੋਈ ਭੇਦਭਾਵ ਨਹੀਂ ਰੱਖਿਆ ਫਿਰ ਅਸੀਂ ਆਪਣੇ ਦਿਲਾਂ ਦੇ ਵਿੱਚ ਇਹ ਐਡੇ ਜ਼ਹਿਰ ਲੈ ਕੇ ਕਿਉਂ ਫਿਰਦੇ ਹਾਂ ਆਪਣੇ ਅੰਦਰ ਜੀ ਪੈਦਾ ਕਰਨਾ ਹੈ ਇਨਸਾਨੀਅਤ ਪੈਦਾ ਕਰੀਏ ਧਰਮ ਜਿਹੜੇ ਆ ਉਹ ਸਾਰਿਆਂ ਦੇ ਬਰਾਬਰ ਨੇ ਸਾਰਿਆਂ ਦੇ ਇੱਕੋ ਨੇ ਕਿਉਂਕਿ ਰੱਬ ਨੂੰ ਮੰਨਣ ਦਾ ਤਰੀਕਾ ਕਿਸੇ ਦਾ ਕੋਈ ਗਲਤ ਨਹੀਂ ਹਰ ਇੱਕ ਜੇ ਆਪਾਂ ਕਹੀਏ ਜੇ ਆਪਾਂ ਇੱਥੇ 2 ਮਿੰਟ ਕਹੀਏ ਕਿ ਜੀ ਸਾਡਾ ਧਰਮ ਜਿਹੜਾ ਉਹ ਚੰਗਾ ਹੈ ਦੂਜੇ ਦਾ ਧਰਮ ਚੰਗਾ ਨਹੀਂ ਨਹੀਂ ਹਰ ਧਰਮ ਦੇ ਵਿੱਚ ਬਹੁਤ ਪਹੁੰਚੇ ਹੋਏ ਮਹਾਪੁਰਸ਼ ਸਾਧੂ ਸੰਤ ਪੀਰ ਫਕੀਰ ਹੋਏ ਨੇ ਜਿਨ੍ਹਾਂ ਨੇ ਰੱਬ ਨੂੰ ਬੰਦਗੀ ਕਰਕੇ ਪਾਇਆ ਇਸ ਦਾ ਮਤਲਬ ਕੀ ਹੈ ਕਿ ਜਿਹੜੇ ਸਾਰੇ ਧਰਮਾਂ ਦੇ ਬੰਦਗੀ ਕਰਕੇ ਰੱਬ ਨੂੰ ਪਾਇਆ ਇਹਦਾ ਮਤਲਬ ਧਰਮ ਦਾ ਕੋਈ ਮਾੜਾ ਨਹੀਂ ਮਾੜੇ ਅਸੀਂ ਇਨਸਾਨ ਆ ਜਿਹੜੇ ਉਹਨਾਂ ਨੂੰ ਉਸ ਬੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਤੌਰ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਕਰਦੇ ਆ ਜਾਂ ਪੇਸ਼ ਕਰਦੇ ਆ ਜਾਂ ਉਹਨੂੰ ਸਮਝਾਉਂਦੇ ਨਹੀਂ ਤਰੀਕੇ ਨਾਲ ਇਸ ਕਰਕੇ ਜਦੋਂ ਵੀ ਆਪਾਂ ਬੰਦਗੀ ਕਰਨੀ ਹੈ ਤੇ ਰੱਬ ਦੀ ਸੱਚੇ ਰੱਬ ਦੀ ਹੱਕ ਸੱਚ ਦੀ ਬੰਦਗੀ ਕਰੀਏ ਤੇ ਇਨਸਾਨੀਅਤ ਦੇ ਵਿੱਚ ਰਹਿ ਕੇ ਜਿਹੜੀ ਆ ਉਹ ਆਪ ਰੱਬ ਦੀ ਬੰਦਗੀ ਕਰੀਏ ਸਭ ਤੋਂ ਵੱਡਾ ਇਨਸਾਨ ਹੈ ਇੱਕ ਦੂਜੇ ਦੀ ਮਦਦ ਕਰੀਏ ਆਪਣੇ ਦਿਲਾਂ ਦੇ ਵਿੱਚੋਂ ਕਿਸੇ ਦੇ ਪ੍ਰਤੀ ਜਿਹੜੇ ਬੈਰ ਵਿਰੋਧ ਦੀਆਂ ਭਾਵਨਾ ਇਹਨਾਂ ਨੂੰ ਖਤਮ ਕਰਕੇ ਇਨਸਾਨੀਅਤ ਆਪਣੇ ਅੰਦਰ ਪੈਦਾ ਕਰੀਏ ਤੋ ਰੱਬ ਜਿਹੜਾ ਇਨਸਾਨੀਅਤ ਜਿਹੜੀ ਹੈ ਉਹ ਵੱਡਾ ਧਰਮ ਮੰਨਦੇ ਨੇ ਤੇ ਉਸ ਬੰਦੇ ਦੇ ਉੱਤੇ ਫਿਰ ਕਰਮ ਹੁੰਦਾ ਜਿਹੜਾ ਬੰਦਾ ਕਿਸੇ ਨਾਲ ਬੈਰ ਵਿਰੋਧ ਜਿਹੜਾ ਨਹੀਂ ਰੱਖਦਾ ਕਿਉਂਕਿ ਇੱਕਦਮ ਸੋ ਫਕੀਰ ਲਿਖਦੇ ਨੇ ਜੇ ਤੇਰੇ ਅੰਦਰ ਹਜੇ ਵੀ ਗੋਰਾ ਕਾਲਾ ਛੋਟਾ ਵੱਡਾ ਨੀਮਾ ਉੱਚਾ ਚੱਲ ਰਿਹਾ ਹੈ ਜੇ ਇਹ ਭਾਵਨਾਵਾਂ ਤੇਰੇ ਅੰਦਰ ਚੱਲ ਰਹੀਆਂ ਨੇ ਤੇ ਇਸ ਇਹਨਾਂ ਭਾਵਨਾਵਾਂ ਦੇ ਨਾਲ ਤੂੰ ਰੱਬ ਤੋਂ ਹਜੇ ਬਹੁਤ ਦੂਰ ਹੈ ਕਿਉਂਕਿ ਰੱਬ ਦੇ ਘਰ ਦੇ ਵਿੱਚ ਕੋਈ ਧਰਮ ਨਹੀਂ ਕੋਈ ਨੀਮਾ ਨਹੀਂ ਕੋਈ ਵੱਡਾ ਨਹੀਂ ਕੋਈ ਗੋਰਾ ਨਹੀਂ ਕੋਈ ਕਾਲਾ ਨਹੀਂ ਤੇ ਇਹ ਸਭ ਦੇ ਵਿੱਚ ਸਾਰੇ ਇੱਕੋ ਹੀ ਨੇ ਤੇ ਇਸ ਰਕੇ ਅਸੀਂ ਆਪਣੇ ਅੰਦਰ ਬੈਰ ਬਦੋ ਪਰਗਰਪ ਦੀ ਬੰਦਗੀ ਕਰੀਏ ਤੇ ਮਾਲਕ ਸਾਡੇ ਦੇ ਨਜ਼ਰੇ ਕਰਮ ਕਰੇਗਾ ਸੋ ਅੱਜ ਲਈ ਇਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੇਂ ਵੀਡੀਓ ਨਾਲ ਤਦ ਤੱਕ ਲਿਹਾਕ ਮੁਰਸ਼ਦ ਸੱਚ ਮੁਰਸ਼ਦ